ਸੌੜੀਆਂ ਪਿੰਡ ਦੇ ਵਿੱਚ ਤੁਹਾਨੂੰ ਤੁਸੀਂ ਪ੍ਰੈਸ ਨੋਟ ਦੇ ਵਿੱਚ ਪੜ੍ਹ ਹੀ ਲਿਆ ਹੋਣਾ ਜਾਂ ਤੁਹਾਨੂੰ ਨੌਲੇਜ ਹੀ ਹੋਣਾ, ਕ੍ਰਾਈਮ ਰਿਪੋਰਟ ਤੁਹਾਡੇ ਕੋਲ ਆਉਂਦੀ ਹੈ ਰੋਜ਼। ਇੱਕ ਬੰਦੇ ਨੂੰ ਮਾਰ ਕੇ ਡਰੇਨ ਦੇ ਬਾਅਦ ਸੁੱਟ ਗਏ ਸੀ। ਤੁਹਾਨੂੰ ਇਸ ਚੀਜ਼ ਬਾਰੇ ਨੌਲੇਜ ਹੀ ਹੋਣੀ ਹੈ। ਬਲਾਈਂਡ ਮਰਡਰ ਸੀ, ਸਾਡੀ ਪੁਲਿਸ ਨੇ ਬੜੀ ਸਾਇੰਟੀਫਿਕ ਤਰੀਕੇ ਦੇ ਨਾਲ ਇਨਵੈਸਟੀਗੇਸ਼ਨ ਕਰਕੇ ਇਸ ਕੇਸ ਨੂੰ 72 ਘੰਟੇ ਦੇ ਵਿੱਚ ਸੋਲਵ ਕੀਤਾ। ਸੋਲਵ ਤਾਂ ਅਸੀਂ 24 ਘੰਟੇ ਦੇ ਵਿੱਚ ਹੀ ਨੇੜੇ ਤਾਂ ਪਹੁੰਚ ਗਏ ਸੀ, ਪਰ ਜਦੋਂ ਕਿਤੇ ਕਿਸੇ ਦਾ ਕੋਈ ਘਰ ਵਾਲਾ ਇਨਵੋਲਵ ਹੁੰਦਾ ਅਤੇ ਇਮੋਸ਼ਨਸ ਇਨਵੋਲਵ ਹੁੰਦੀਆਂ, ਕਰਮੇਸ਼ਨ ਤੱਕ ਸਾਨੂੰ ਬਦੋ ਬਦੀ ਕਈ ਚੀਜ਼ਾਂ 'ਤੇ ਰੁਕਣਾ ਵੀ ਪੈਂਦਾ ਤਾਂ ਕਿ ਇਸ ਚੀਜ਼ ਦਾ ਬੁਰਾ ਇੰਪੈਕਟ ਨਾ ਪਵੇ। ਅਤੇ ਉਸ ਬੰਦੇ ਨੂੰ ਮਾਰਨ ਵਾਲਾ ਉਹਦਾ ਹੀ ਸਾਂਢੂ ਸੀ, ਉਸ ਨੂੰ ਮਾਰਨ ਵਾਲਾ ਉਹਦਾ ਹੀ ਸਾਂਢੂ ਨਿਕਲਿਆ, ਕਿਉਂਕਿ ਇਸ ਹਰਜਿੰਦਰ ਸਿੰਘ ਹੈ ਜਿਹੜਾ ਇਹਦੇ ਸਾਂਢੂ ਦੇ ਹਰਜਿੰਦਰ ਸਿੰਘ ਦੀ ਭਰਜਾਈ ਦੇ ਨਾਲ ਨਜਾਇਜ਼ ਸੰਬੰਧ ਸੀ। ਅਤੇ ਉਹਦਾ ਭਰਜਾਈ ਦਾ ਹਸਬੈਂਡ ਕਾਫੀ ਸਿੱਧਾ ਸਾਦਾ ਬੰਦਾ ਸੀ, ਅਤੇ ਭਰਜਾਈ ਨੇ ਹਰਜਿੰਦਰ ਸਿੰਘ ਨੂੰ ਟਿਕਾਣੇ ਲਾਉਣ ਲਈ ਆਪਣੇ ਲਵਰ ਨੂੰ ਤਰਸੇਮ ਸਿੰਘ ਨੂੰ ਪੈਸੇ ਵੀ ਦਿੱਤੇ, ਟੋਪਸ ਵੀ ਦਿੱਤੇ ਤਾਂ ਕਿ ਇਹਨੂੰ ਮਾਰ ਦਿੱਤਾ ਜਾਵੇ ਅਤੇ ਘਰ ਦੇ ਵਿੱਚ ਉਧਰ ਉਹਦੀ ਹੋਵੇ। ਅਤੇ ਉਹਨੇ ਬੜੇ ਤਰੀਕੇ ਦੇ ਨਾਲ, ਬੜੀ ਸਕੀਮ ਦੇ ਨਾਲ ਇਹਨੂੰ ਆਪਣੇ ਸਾਂਢੂ ਨੂੰ ਆਪਣੇ ਕੋਲ ਬੁਲਾਇਆ ਅਤੇ ਨਾਲ ਆਪਣੇ ਭੂਆ ਦਾ ਮੁੰਡਾ ਮੇਜਰ ਸਿੰਘ ਉਹਨੂੰ ਨਾਲ ਲਿਆ ਅਤੇ ਉਹਨੂੰ ਪਿੰਡ ਦੇ ਇੱਕ ਬੰਦੇ ਤੋਂ ਨਸ਼ੇ ਦੀ ਦਵਾ ਲੈ ਕੇ ਔਰ ਜੇ ਪੈਪਸੀ 'ਚ ਮਿਲਾ ਕੇ ਪਿਲਾਈ, ਜਿਹਦੇ ਨਾਲ ਉਹਨੂੰ ਥੋੜ੍ਹੀ ਜਿਹੀ ਸਡੇਸ਼ਨ ਜੀ ਹੋਣੀ ਸ਼ੁਰੂ ਹੋ ਗਈ ਅਤੇ ਉਹਨੂੰ ਕਿਤੇ ਨਾਲ ਲਿਜਾ ਕੇ ਰੱਸੀ ਦੇ ਨਾਲ ਉਹਦਾ ਗਲਾ ਘੁੱਟਤਾ ਅਤੇ ਮੋਟਰਸਾਈਕਲ 'ਤੇ ਉਹਨੂੰ ਬਿਠਾ ਕੇ ਅਤੇ ਉਹਦੀ ਲਾਸ਼ ਨੂੰ ਸੌੜੀਆਂ ਡਰੇਨ ਦੇ ਬਾਹਰ ਸੁੱਟ ਗਏ ਅਤੇ ਮਾਰਾ ਸੁੱਟਣ ਤੋਂ ਬਾਅਦ ਉਹਦੇ ਸਿਰ 'ਤੇ ਕਿਰਪਾਨਾਂ ਨਾਲ ਸੱਟਾਂ ਮਾਰਤੀਆਂ। ਉਹਦਾ ਫੋਨ ਅਤੇ ਉਹਦਾ ਮੋਬਾਈਲ, ਕਿਤੇ ਮੋਬਾਈਲ ਉਹਦੇ ਪਿੰਡ 'ਚ ਜਾਣ ਕੇ ਸੁੱਟਤਾ ਤਾਂ ਕਿ ਪੁਲਿਸ ਨੂੰ ਗੁੰਮਰਾਹ ਕੀਤਾ ਜਾ ਸਕੇ, ਅਤੇ ਮੋਟਰਸਾਈਕਲ ਕਿਤੇ ਉਹਦਾ ਹੋਰ ਸੁੱਟਾ ਹੈ। ਅਤੇ ਪੁਲਿਸ ਨੇ ਬੜੇ ਸਾਇੰਟੀਫਿਕ ਤਰੀਕੇ ਦੇ ਨਾਲ ਉੱਥੇ ਉਹਦੇ ਫੋਨ ਦੀਆਂ ਲੋਕੇਸ਼ਨਸ ਲੈ ਕੇ ਜਾਂ ਸਾਰਾ ਉਹਦਾ ਹਿਸਾਬ ਤਾਂ ਲੈ ਕੇ ਕਿੱਥੋਂ ਤੁਰਿਆ, ਕਿੱਥੇ ਉਹ ਪਹੁੰਚਿਆ। 24 ਤਰੀਕ ਨੂੰ ਉਹ ਤੁਰਿਆ ਘਰੋਂ ਸ਼ਾਮ ਨੂੰ, ਅਤੇ 25 ਨੂੰ ਸਵੇਰੇ 7 ਵਜੇ ਉਹਦੀ ਲਾਸ਼ ਮਿਲਦੀ ਹੈ। ਅਤੇ ਇਸ ਬਿਟਵੀਨ 24 ਤੋਂ ਲੈ ਕੇ ਸ਼ਾਮੀ 7 ਵਜੇ ਤੱਕ ਉਹਨੇ ਕੀ ਕੀਤਾ, ਕਿਉਂਕਿ ਇਸ ਬੰਦੇ ਦਾ ਵੀ ਕਿਸੇ ਲੇਡੀ ਦੇ ਨਾਲ, ਸ਼ਹਿਰ ਦੀ ਲੇਡੀ ਨਾਲ, ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਨਾਲ ਕੋਈ ਅਫੇਅਰ ਸੀ। ਅਤੇ ਉਸ ਲੇਡੀ ਨੂੰ ਜਦੋਂ ਪੁੱਛਿਆ ਗਿਆ ਵੀ ਤੇਰੇ ਨਾਲ ਜਦੋਂ ਇਹਦੀ ਗੱਲ ਹੋਈ ਹੈ ਤਾਂ ਕੀ ਸੀ, ਤਾਂ ਉਸ ਲੇਡੀ ਨੇ ਦੱਸਿਆ ਵੀ ਪਿੱਛੋਂ ਫਲਾਨੇ ਤਰ੍ਹਾਂ ਦੀਆਂ ਆਵਾਜ਼ਾਂ ਆ ਰਹੀਆਂ ਸੀ, ਅਤੇ ਅਸੀਂ ਉਹ ਆਵਾਜ਼ਾਂ ਜਦੋਂ ਸੁਣੀਆਂ ਅਤੇ ਉਹ ਆਵਾਜ਼ਾਂ ਤਰਸੇਮ ਸਿੰਘ ਦੀਆਂ ਸੀ। ਫਿਰ ਅਸੀਂ ਤਰਸੇਮ ਸਿੰਘ ਨੂੰ ਕਾਬੂ ਕੀਤਾ ਅਤੇ ਉਹਨੂੰ ਪੁੱਛਿਆ, ਇੱਕ ਦਿਨ ਦਾ ਗੈਪ ਇਸ ਕਰਕੇ ਪੈ ਗਿਆ ਤਾਂ ਕਿ ਸਾਂਢੂ ਨੂੰ ਕਰਮੇਸ਼ਨ ਦੇ ਵਿੱਚੋਂ ਜੇ ਚੱਕਦੇ ਹਾਂ ਤਾਂ ਰੌਲਾ ਕਿਸੇ ਹੋਰ ਤਰ੍ਹਾਂ ਦਾ ਪੈਂਦਾ। ਬਟ ਫਿਰ ਵੀ ਅਸੀਂ ਤਿੰਨੋਂ ਉਸ ਲੇਡੀ ਨੂੰ ਵੀ, ਤਰਸੇਮ ਸਿੰਘ ਨੂੰ ਵੀ ਅਤੇ ਮੇਜਰ ਸਿੰਘ ਨੂੰ, ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ। ਅਤੇ ਇਸ ਅਣਸੁਲਝੇ ਕਤਲ ਦੀ ਜਿਹੜੀ ਗੁੱਥੀ ਹੈ ਉਹ ਸੁਲਝਾਈ। ਪ੍ਰੈਸ ਨੋਟ ਤੁਹਾਨੂੰ ਸਾਰਿਆਂ ਨੂੰ ਦੇ